ਜਿਹੜਾ ਪੰਜਾਬ ਕਿਸੇ ਟਾਈਮ ਤੇ ਆਇਡੈਂਟੀਟੀ ਪੋਲਿਟਿਕਸ ਲਈ ਜਾਣਿਆ ਜਾਂਦਾ ਸੀਗਾ ਅੱਜ ਉਹ ਪੰਜਾਬ ਆਇਡੈਂਟੀਟੀ ਪੋਲਿਟਿਕਸ ਚੋਂ ਬਾਹਰ ਨਿਕਲ ਆਇਆ ਜਦੋਂ ਕਹਿੰਦੇ ਨੇ ਨਾ ਪਰਚਾ ਪਿਆ ਹੋਵੇ ਤੇ ਵਿਦਿਆਰਥੀ ਭਾਵੇਂ ਹੁਸ਼ਿਆਰ ਹੋਵੇ ਇੰਟੈਲੀਜੈਂਟ ਹੋਵੇ ਭਾਵੇਂ ਬਹੁਤ ਘੱਟ ਨੰਬਰ ਲੈਣ ਵਾਲਾ ਹੋਵੇ ਟੈਨਸ਼ਨ ਬਹੁਤ ਹੁੰਦੀ ਹੈ ਕਿੰਨੀ ਕੁ ਟੈਨਸ਼ਨ ਹੈ ਸੀਟ ਦੇ ਉੱਪਰ ਮੁਕਾਬਲਾ ਇਸ ਟਾਈਮ ਸਿਰਫ ਆਪਸੀ ਕਿਹੜਾ ਹੈ ਆਪਸੀ ਖੁੰਦਕ ਹੈ ਲਫ਼ਜ਼ਾਂ ਦਾ ਮੁਕਾਬਲਾ ਹੈ ਜਦਕਿ ਗੱਲ ਤਾਂ ਕੰਮ ਦੀ ਹੋਣੀ ਚਾਹੀਦੀ ਹੈ ਤਾਂ ਉਹ ਕਿਤੇ ਹੋ ਹੀ ਨਹੀਂ ਰਹੀ ਹੈ 100 ਘਰਾਂ ਦੇ ਪਿੱਛੇ ਕੋਈ ਮੈਨੂੰ ਅੱਜ ਇੱਕ ਜਾਂ ਦੋ ਲੋਕ ਮਿਲੇ ਹੋਣਗੇ ਜਿਹੜਾ ਕੋਈ ਇੱਕ ਝੰਡਾ ਦਿਖਾ ਦੇਗਾ 99% ਲੋਕਾਂ ਦਾ ਹੁੰਗਾਰਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਫੇਵਰ 'ਚ ਹੈ ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਦਾ ਸਭ ਤੋਂ ਅਣਗੌਲਿਆ ਹਲਕਾ ਹੈ ਸਭ ਤੋਂ ਇਗਨੋਰਡ ਹਲਕਾ ਹੈ ਬੇਸਿਕ ਅਮੈਨਿਟੀਜ਼ ਵੀ ਲੋਕਾਂ ਦੇ ਕੋਲ ਹੈ ਨਹੀਂ ਕਾਸਟ ਦੇ ਨਾਲ ਨਾਲ ਹੋਰ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਕਿ ਸਾਨੂੰ ਇੱਕ ਮੌਕਾ ਸੇਵਾ ਦਾ ਦਿੱਤਾ ਜਾਏ ਅਗਲੇ 5 ਸਾਲ ਜੇ ਕੰਮ ਕਰਾਂਗੇ ਤੇ ਉਸ ਤੋਂ ਬਾਅਦ ਵੋਟ ਮੰਗਾਂਗੇ ਨਹੀਂ ਤੇ ਲੋਕਾਂ ਦੀ ਮਰਜ਼ੀ ਹੈ ਨਵਜੋਤ ਸਿੱਧੂ ਸਾਹਿਬ ਦਾ ਪੰਜਾਬ ਮਾਡਲ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੈ ਕਿ ਪਿਛਲੇ 14.5 ਸਾਲ ਤੋਂ ਤੁਹਾਨੂੰ ਲੋਕਾਂ ਨੇ ਚੁਣ ਕੇ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ ਪਰ ਤੁਸੀਂ ਕੋਈ ਆਪਣੀ ਇੱਕ ਅਚੀਵਮੈਂਟ ਦੱਸ ਦਿਓ ਚੰਗਾ ਹੁੰਦਾ ਜੇ ਨਵਜੋਤ ਸਿੰਘ ਸਿੱਧੂ ਸਾਹਿਬ ਇੱਕ ਹਲਕੇ ਦਾ ਮਾਡਲ ਬਣਾ ਦਿੰਦੇ ਔਰ ਉਸ ਤੋਂ ਬਾਅਦ ਪੰਜਾਬ ਮਾਡਲ ਦੀ ਗੱਲ ਕਰਦੇ ਤਾਂ ਸ਼ਾਇਦ ਕੋਈ ਯਕੀਨ ਕਰਦਾ ਸਾਡੇ ਕੰਮ ਦਾ ਮੁਕਾਬਲਾ ਉਹ ਕਰ ਨਹੀਂ ਸਕਦੇ ਆ ਨੀਅਤ ਉਹਨਾਂ ਦੀ ਨਹੀਂ ਕੰਮ ਕਰਨ ਦੀ ਨੀਤੀ ਉਹਨਾਂ ਕੋਲ ਨਹੀਂ ਹੈ ਸਿੱਧੂ ਸਾਹਿਬ ਘਰ ਨੂੰ ਲੌਟ ਆਓ ਕਿਉਂਕਿ ਚੰਨੀ ਸਾਹਿਬ ਨੇ ਤੁਹਾਨੂੰ CM ਬਣਾਇਆ ਨਹੀਂ ਬਣਨ ਨਹੀਂ ਦਿੱਤਾ ਅਤੇ ਮੈਂ ਤੁਹਾਨੂੰ MLA ਨਹੀਂ ਬਣਨ ਦੇਣਾ ਇੱਥੇ ਤੁਸੀਂ ਵੇਖ ਰਹੇ ਹੋ ਦਾ ਅਨਮਿਊਟ ਮੈਂ ਰਣਦੀਪ ਸਿੰਘ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਪਾਰਾ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਹੈ ਖਾਸ ਤੌਰ 'ਤੇ ਅੰਮ੍ਰਿਤਸਰ ਦੇ ਵਿੱਚ ਪੂਰਬੀ ਹਲਕਾ ਦੀ ਜਿਹੜੀ ਸੀਟ ਹੈ ਇੱਥੇ ਮੁਕਾਬਲਾ ਬਹੁਤ ਸਖਤ ਮੰਨਿਆ ਜਾ ਰਿਹਾ ਹੈ ਪੂਰੇ ਪੰਜਾਬ ਦੀਆਂ ਨਿਗਾਹਾਂ ਇਸ ਸੀਟ ਦੇ ਉੱਪਰ ਟਿਕੀਆਂ ਹੋਈਆਂ ਨੇ ਕਿਉਂਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦੂਜੇ ਪਾਸੇ ਬਿਕਰਮ ਮਜੀਠੀਆ ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਜੀਵਨਜੋਤ ਕੌਰ ਮੌਜੂਦ ਨੇ ਡਾਕਟਰ ਜੀਵਨਜੋਤ ਸਾਡੇ ਨਾਲ ਨੇ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਦਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਇਸ ਵਾਰ ਪੂਰੇ ਪੰਜਾਬ ਦੇ ਵਿੱਚ ਚੋਣਾਂ ਦੇ ਉੱਪਰ ਧਿਆਨ ਤਾਂ ਸਾਰੇ ਪੰਜਾਬੀਆਂ ਦਾ ਪਰ ਤੁਹਾਡੇ ਵਾਲੀ ਸੀਟ ਦੇ ਉੱਪਰ ਖਾਸ ਕਰਕੇ ਹੈ ਇਸ ਦੀ ਚਰਚਾ ਬਹੁਤ ਹੈ ਚਰਚਾਵਾਂ ਬਹੁਤ ਜ਼ਿਆਦੀਆਂ ਨੇ ਤੁਸੀਂ ਸਥਿਤੀ ਕੀ ਦੇਖਦੇ ਹੋ ਦੇਖੋ ਚਰਚਾ ਜਿੰਨੀ ਮਰਜ਼ੀ ਹੋਏ ਪਰ ਸਥਿਤੀ ਇਹ ਹੈ ਕਿ ਜਿਨ੍ਹਾਂ ਲੋਕਾਂ ਕਰਕੇ ਚਰਚਾ ਹੈ ਉਹਨਾਂ ਨੇ ਕੰਮ ਕੋਈ ਨਹੀਂ ਕੀਤਾ ਹੈ ਸੋ ਮੈਨੂੰ ਆਲਮੋਸਟ 1 ਮਹੀਨੇ ਤੋਂ ਉੱਪਰ ਹੋ ਗਿਆ ਮੈਂ ਹਲਕੇ ਦੇ ਵਿੱਚ ਡੋਰ ਟੂ ਡੋਰ ਕਰ ਰਹੀ ਹਾਂ ਔਰ ਬੜਾ ਇੱਕ ਪੋਜ਼ਿਟਿਵ ਸੰਕੇਤ ਮਿਲ ਰਿਹਾ ਮੈਨੂੰ ਔਰ ਉਹ ਇਹ ਹੈ ਕਿ ਜਿਹੜਾ ਪੰਜਾਬ ਕਿਸੇ ਟਾਈਮ 'ਤੇ ਆਇਡੈਂਟੀਟੀ ਪੋਲੀਟਿਕਸ ਲਈ ਜਾਣਿਆ ਜਾਂਦਾ ਸੀਗਾ ਅੱਜ ਉਹ ਪੰਜਾਬ ਆਇਡੈਂਟੀਟੀ ਪੋਲੀਟਿਕਸ 'ਚੋਂ ਬਾਹਰ ਨਿਕਲ ਆਇਆ ਮੁਕਾਬਲਾ ਬੜਾ ਸਖਤ ਹੈ ਇਸ ਸੀਟ ਦੇ ਉੱਪਰ ਬਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਅਤੇ ਨਿਸ਼ਾਨੇ ਸਾਧ ਰਹੇ ਨੇ ਨਵਜੋਤ ਸਿੰਘ ਸਿੱਧੂ ਬਿਕਰਮ ਮਜੀਠੀਆ ਅਤੇ ਇੱਥੋਂ ਤੱਕ ਸ਼ਬਦਾਂ ਦੇ ਉੱਪਰ ਵੀ ਕੰਟਰੋਲ ਨਹੀਂ ਰਿਹਾ ਦੋਵੇਂ ਲੀਡਰਾਂ ਦਾ ਲੋਕ ਇਸ ਸੀਟ ਦੇ ਵੱਲ ਧਿਆਨ ਨਾਲ ਦੇਖ ਰਹੇ ਨੇ ਸਖਤ ਮੁਕਾਬਲਾ ਜਦੋਂ ਕਹਿੰਦੇ ਨੇ ਨਾ ਪਰਚਾ ਪਿਆ ਹੋਵੇ ਅਤੇ ਵਿਦਿਆਰਥੀ ਭਾਵੇਂ ਹੁਸ਼ਿਆਰ ਹੋਵੇ ਇੰਟੈਲੀਜੈਂਟ ਹੋਵੇ ਭਾਵੇਂ ਬਹੁਤ ਘੱਟ ਨੰਬਰ ਲੈਣ ਵਾਲਾ ਹੋਵੇ ਟੈਨਸ਼ਨ ਬਹੁਤ ਹੁੰਦੀ ਹੈ ਕਿੰਨੀ ਕੁ ਟੈਨਸ਼ਨ ਹੈ ਸੀਟ ਦੇ ਉੱਪਰ ਤੁਹਾਨੂੰ ਮੇਰੇ ਨਾਲ ਗੱਲਬਾਤ ਕਰਕੇ ਜਾਂ ਮੇਰੀ ਸ਼ਕਲ ਦੇਖ ਕੇ ਲੱਗ ਰਿਹਾ ਕਿ ਮੈਨੂੰ ਟੈਨਸ਼ਨ ਹੈ ਦੇਖੋ ਇੱਕ ਚੀਜ਼ ਬੜੀ ਕਲੀਅਰ ਹੈ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੁਕਾਬਲਾ ਇਸ ਟਾਈਮ ਸਿਰਫ ਆਪਸੀ ਕਿਹੜਾ ਹੈ ਆਪਸੀ ਖੁੰਦਕ ਹੈ ਲਫ਼ਜ਼ਾਂ ਦਾ ਮੁਕਾਬਲਾ ਹੈ ਜਦਕਿ ਗੱਲ ਤਾਂ ਕੰਮ ਦੀ ਹੋਣੀ ਚਾਹੀਦੀ ਹੈ ਤਾਂ ਉਹ ਕਿਤੇ ਹੋ ਹੀ ਨਹੀਂ ਰਹੀ ਹੈ ਸੋ ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਦੀ ਡਿਵੈਲਪਮੈਂਟ ਜਾਂ ਹਲਕੇ ਦੇ ਲੋਕ ਜਾਂ ਹਲਕੇ ਦੇ ਮੁੱਦੇ ਕਿਤੇ ਨਾ ਕਿਤੇ ਬਿਲਕੁਲ ਹੀ ਇਗਨੋਰ ਹੋ ਗਏ ਨੇ ਸੋ ਬਟ ਲੋਕ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਹੁਣ ਸਮਝ ਚੁੱਕੇ ਨੇ ਔਰ ਲੋਕਾਂ ਨੇ ਕਿਤੇ ਨਾ ਕਿਤੇ ਆਪਣਾ ਬਹੁਤ ਮਨ ਬਣਾ ਲਿਆ ਹੈ ਔਰ ਉਹ ਮੈਨੂੰ ਅਕਸਰ ਕਹਿ ਦਿੰਦੇ ਕਿ ਮੈਮ ਤੁਸੀਂ ਤਾਂ ਹੁਣ ਆਇਓ ਅਸੀਂ ਤਾਂ ਪਹਿਲੇ ਹੀ ਮਨ ਬਣਾ ਲਿਆ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਤਾਂ ਲੋਕ ਆਮ ਆਦਮੀ ਪਾਰਟੀ ਨੂੰ ਝੁਕਾਅ ਹੋ ਰਿਹਾ ਹੈ ਚਰਚਾਵਾਂ ਨੇ ਇਸ ਗੱਲ ਦੀਆਂ ਸਿਆਸੀ ਪੰਡਿਤ ਕਹਿ ਰਹੇ ਨੇ ਕਿ ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਬਣਾ ਸਕਦੀ ਹੈ ਕਾਂਗਰਸ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਮੰਨਿਆ ਜਾ ਰਿਹਾ ਪਰ ਜੇਕਰ ਤੁਹਾਡੀ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਦੇ ਉੱਪਰ ਦੋ ਹੀ ਨਾਮ ਚੱਲ ਰਹੇ ਨੇ ਵਾਰ ਵਾਰ ਉਹਨਾਂ ਦੀ ਚਰਚਾ ਹੈ ਪਰ ਇੱਥੇ ਆਮ ਆਦਮੀ ਪਾਰਟੀ ਦੀ ਚਰਚਾ ਘੱਟ ਹੈ ਤੁਸੀਂ ਹੁਣ ਡੋਰ ਟੂ ਡੋਰ ਲੋਕਾਂ ਵਿੱਚ ਜਾ ਰਹੇ ਹੋ ਕਿੱਦਾਂ ਦਾ ਹੁੰਗਾਰਾ ਮਿਲ ਰਿਹਾ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਲੋਕ ਤੁਹਾਡੇ ਹੱਕ ਦੇ ਵਿੱਚ ਨਿੱਤਰ ਰਹੇ ਨੇ ਪਰ ਕਿੰਨੇ ਕੁ ਨਿੱਤਰ ਰਹੇ ਨੇ ਕਿੰਨਾ ਕੁ ਸਹਿਯੋਗ ਮਿਲ ਰਿਹਾ ਮੇਰੇ ਖਿਆਲ 'ਚ ਮੈਂ ਇਹ ਤੁਹਾਨੂੰ ਕਹਾਂ ਕਿ ਮੈਂ 100 ਘਰਾਂ ਦੇ ਪਿੱਛੇ ਕੋਈ ਮੈਨੂੰ ਅੱਜ ਇੱਕ ਜਾਂ ਦੋ ਲੋਕ ਮਿਲੇ ਹੋਣਗੇ ਜਿਹੜਾ ਕੋਈ ਇੱਕ ਝੰਡਾ ਦਿਖਾ ਦੇਗਾ 99% ਲੋਕਾਂ ਦਾ ਹੁੰਗਾਰਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਫੇਵਰ 'ਚ ਹੈ ਔਰ ਕਈ ਬਜ਼ੁਰਗ ਤਾਂ ਇੱਦਾਂ ਕਹਿ ਦਿੰਦੇ ਕਿ ਅਵੇਸਲੀ ਹੋ ਕੇ ਸੌਂ ਜਾਂਦੀ ਹੈ
ਕਈ ਕਹਿ ਦਿੰਦੇ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਹੈ। ਸੋ ਬਹੁਤ ਭਰਮਾਂ ਹੁੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਔਰ ਕਿਤੇ ਨਾ ਕਿਤੇ ਇਹ ਇੱਕ ਮੈਸੇਜ ਲੋਕ ਕਲੀਅਰਲੀ ਦੇ ਰਹੇ ਨੇ ਕਿ ਇੱਕ ਤਾਂ ਉਹਨਾਂ ਦਾ ਲੀਡਰਸ ਤੋਂ ਵਿਸ਼ਵਾਸ ਉੱਠ ਗਿਆ ਕਿਉਂਕਿ ਉਹ ਸਵਾਲ ਕਰਦੇ ਆ ਸਾਨੂੰ ਕਿ ਤੁਹਾਡੀ ਸਰਕਾਰ ਬਣੇਗੀ ਤਾਂ ਕੀ ਤੁਸੀਂ ਬਾਅਦ ਦੇ ਵਿੱਚ ਆਉਂਦੇ ਰਹੋਗੇ ਜਾਂ ਤੁਸੀਂ ਵੀ ਨਹੀਂ ਲੱਭੋਗੇ। ਸੋ ਇਹੋ ਜਿਹੇ ਕਾਫੀ ਸਵਾਲ ਉਹ ਕਰਦੇ ਨੇ ਜਿਹਦੇ ਤੋਂ ਇਹ ਲੱਗਦਾ ਹੈ ਕਿ ਲੀਡਰਾਂ ਦੇ ਉੱਤੋਂ ਔਰ ਇਹ ਰਵਾਇਤੀ ਪਾਰਟੀਆਂ ਦੇ ਉੱਤੋਂ ਉਹਨਾਂ ਦਾ ਬਿਲਕੁਲ ਵਿਸ਼ਵਾਸ ਉੱਠ ਚੁੱਕਿਆ ਹੈ। ਇੱਥੇ ਜਦੋਂ ਆਮ ਗਲੀਆਂ ਦੇ ਵਿੱਚ ਵਿਚਰਦੇ ਹਾਂ ਅੰਮ੍ਰਿਤਸਰ ਦੀਆਂ ਤੁਹਾਡੇ ਹਲਕੇ ਦੇ ਵਿੱਚ ਤਾਂ ਹਰ ਪਾਸੇ ਪੋਸਟਰ ਜਾਂ ਤਾਂ ਅਕਾਲੀ ਦਲ ਦੇ ਨਜ਼ਰ ਆ ਰਹੇ ਨੇ ਵੱਡੇ ਵੱਡੇ ਬੈਨਰ ਜਾਂ ਫਿਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਆ ਰਹੇ ਨੇ, ਤੁਹਾਡੇ ਬੈਨਰ ਘੱਟ ਨਜ਼ਰ ਆ ਰਹੇ ਨੇ, ਕੀ ਵਜ੍ਹਾ ਹੈ? ਵਜ੍ਹਾ ਇਹ ਹੈ ਕਿ ਪਹਿਲੀ ਗੱਲ ਤਾਂ ਲੋਕ ਇਹ ਕਹਿ ਦਿੰਦੇ ਆ ਕਿ ਮੈਡਮ ਤੁਸੀਂ ਤਾਂ ਸਾਡੇ ਦਿਲਾਂ 'ਚ ਵੱਸਦੇ ਹੋ, ਇਹਨੇ ਪੋਸਟਰ ਲਗਵਾਉਣ ਦੀ ਜ਼ਰੂਰਤ ਨਹੀਂ, ਬਟ ਪੋਸਟਰ ਸਾਡੇ ਲੱਗ ਰਹੇ ਆ। ਜਿਸ ਦਿਨ ਲੱਗਦੇ ਨੇ ਰਾਤ ਰਾਤ ਹੀ ਸਾਡੇ, ਹੁਣ ਵੀ ਮੈਂ ਹੁਣੇ ਹੋ ਕੇ ਆਈ ਹਾਂ, ਰਾਤ ਪੋਸਟਰ ਲਗਾਏ ਸੀ ਉਹਦੇ ਬਿਲਕੁਲ ਮੇਰੇ ਉੱਪਰ ਨਵਜੋਤ ਸਿੰਘ ਸਿੱਧੂ ਸਾਹਿਬ ਦੇ, ਅਗਰ ਮੇਰੇ 12 ਇਕੱਠੇ ਉਹਨੇ ਲਗਾਏ ਤਾਂ ਉਹਨਾਂ ਨੇ ਵੀ ਉਹਦੇ ਉੱਤੇ ਬਿਲਕੁਲ, ਇਨਫੈਕਟ ਮੇਰਾ ਤੁਸੀਂ ਨਿਊ ਪ੍ਰਤਾਪ ਨਗਰ ਆਫਿਸ ਦੇਖੋਗੇ ਜਾ ਕੇ ਸਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਹਲਕੇ ਪੂਰਬੀ ਦਾ, ਉਹਦੇ ਬਾਹਰ ਜਿਹੜੇ ਮੇਰੇ ਪੋਸਟਰ ਲੱਗੇ ਸੀ ਉਹਦੇ ਉੱਪਰ ਵੀ ਆਪਣੇ ਪੋਸਟਰ ਚਿਪਕਾ ਕੇ ਚਲੇ ਗਏ ਹੈ। ਸੋ ਇਸ ਤਰ੍ਹਾਂ ਦੀਆਂ ਸਾਨੂੰ ਇੱਥੇ ਦਿੱਕਤਾਂ ਆ ਰਹੀਆਂ ਨੇ, ਬਟ ਹੈਵਿੰਗ ਸੈਡ ਦੈਟ ਇੱਕ ਮੇਰਾ ਮੰਨਣਾ ਹੈ ਕਿ ਜਿੰਨੇ ਵੱਡੇ ਫੇਸਿਸ ਇਹ ਆਪਣੇ ਆਪ ਨੂੰ ਕਹਿੰਦੇ ਆ, ਅਗਰ ਇਹਨਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਇਹਨਾਂ ਨੂੰ ਇੰਨੀ ਪਬਲਿਸਿਟੀ ਦੀ ਜ਼ਰੂਰਤ ਕੀ ਸੀ? ਪਬਲਿਸਿਟੀ ਦੀ ਤਾਂ ਲੋੜ ਫਿਰ ਸਾਨੂੰ ਪੈਂਦੀ ਕਿਉਂਕਿ ਅਸੀਂ ਨਵੇਂ ਸੀ, ਅਸੀਂ ਚਿਹਰਾ ਨਵਾਂ ਸੀਗੇ, ਅਤੇ ਇਹ ਕਿਉਂ ਇੰਨੀ ਸਾਰੀ ਪਬਲਿਸਿਟੀ ਕਰ ਰਹੇ ਆ? ਇਹ ਇਨਸਿਕਿਉਰਿਟੀ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਤੋਂ, ਜਿਹਦੇ ਕਰਕੇ ਇਹਨਾਂ ਨੂੰ ਧੱਕੇ ਨਾਲ ਇੰਨੀ ਪਬਲਿਸਿਟੀ ਕਰਨੀ ਪੈ ਰਹੀ ਹੈ। ਜ਼ਬਰਦਸਤੀ ਬੋਰਡ ਲਗਾਏ ਜਾ ਰਹੇ ਨੇ, ਲੋਕ ਕਈ ਰਿਜੈਂਟਮੈਂਟ ਸ਼ੋਅ ਕਰਦੇ ਆ, ਕਈ ਕਹਿੰਦੇ ਆ, ਅੱਛੇ ਲੋਕ ਇਹ ਵੀ ਕਹਿ ਦਿੰਦੇ ਆ ਕਿ ਮੈਮ ਬੋਰਡ ਝੰਡੇ ਨਾ ਦੇਖਿਓ, ਅਸੀਂ ਜਿਹਦੇ ਮਰਜ਼ੀ ਲਗਵਾਈ ਜਾਈਏ, ਦਿਲ ਤਾਂ ਸਾਡਾ ਤੁਹਾਡੇ ਨਾਲ ਹੈ। ਸੋ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਵਿਕਰਮ ਮਜੀਠੀਆ ਕਹਿੰਦੇ ਨੇ, ਮੈਂ ਤਾਂ ਹੈਰਾਨ ਹੋਇਆ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ, ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਲੋਕ ਮੈਨੂੰ ਇੱਥੇ ਇੰਨਾ ਪਿਆਰ ਦੇਣਗੇ, ਮੈਂ ਤਾਂ ਸੋਚਦਾ ਸੀ ਕਿ ਮਜੀਠਾ ਹਲਕੇ ਦੇ ਲੋਕ ਮੈਨੂੰ ਜ਼ਿਆਦਾ ਪਿਆਰ ਕਰਦੇ ਨੇ, ਪਰ ਜਦੋਂ ਮੈਂ ਉਹ ਸੀਟ ਛੱਡ ਕੇ ਇੱਥੇ ਆ ਕੇ ਖੜਾ ਹੋਇਆ ਤਾਂ ਮੈਨੂੰ ਇੱਥੇ ਲੋਕ ਉਸ ਤੋਂ ਵੀ ਜ਼ਿਆਦਾ ਪਿਆਰ ਦੇ ਰਹੇ ਨੇ। ਇੱਕ ਚੀਜ਼ ਬਹੁਤ ਕਲੀਅਰ ਹੈ, ਮੇਰਾ ਇਹ ਮੰਨਣਾ ਹੈ ਕਿ ਜਦੋਂ ਸਾਨੂੰ ਲੋਕ ਚੁਣਦੇ ਆਪਣਾ ਨੁਮਾਇੰਦਾ ਬਣਾ ਕੇ, ਤਾਂ ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਮਾਈ ਬਾਪ ਹੋ ਜਾਂਦੇ ਹਾਂ। ਤਾਂ ਇੱਕ ਹਲਕੇ ਦੇ ਲੋਕਾਂ ਨੂੰ ਇੱਦਾਂ ਧੋਖਾ ਦੇ ਕੇ, ਮਜੀਠੇ ਦੇ ਲੋਕਾਂ ਨੂੰ ਜਦੋਂ ਜੀ ਕੀਤਾ ਆਪਣੀ ਖੁੰਦਕ ਕੱਢਣ ਦੇ ਲਈ, ਤੁਸੀਂ ਕਿਸੇ ਹੋਰ ਹਲਕੇ 'ਚ ਆ ਜਾਓ, ਫਿਰ ਇਹ ਕੀ ਗਾਰੰਟੀ ਕਿ ਇੱਥੇ ਵੀ ਰਹਿ ਲੈਣਗੇ? ਫਿਰ ਕਿਸੇ ਹੋਰ ਨਾਲ ਖੁੰਦਕ ਕੱਢਣੀ ਹੋਏਗੀ ਤਾਂ ਇੱਥੋਂ ਦੇ ਲੋਕਾਂ ਨੂੰ ਵੀ ਛੱਡ ਕੇ ਚਲੇ ਜਾਣਗੇ। ਕਹਿਣ ਦਾ ਮੇਰਾ ਇਹ ਮਤਲਬ ਹੈ ਕਿ ਲੋਕਾਂ ਦਾ ਵਿਕਾਸ, ਹਲਕੇ ਦਾ ਵਿਕਾਸ, ਲੋਕਾਂ ਦੀਆਂ ਪ੍ਰੋਬਲਮਸ ਕਿਤੇ ਵੀ ਇਹਨਾਂ ਦੇ ਏਜੰਡੇ 'ਤੇ ਨਹੀਂ ਹੈ। ਔਰ ਨਾਲ ਅੱਜ ਮੈਨੂੰ ਬਿਲਕੁਲ ਇਹ ਕਹਿਣ ਤੋਂ ਗੁਰੇਜ਼ ਨਹੀਂ ਹੈ ਕਿ ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਦਾ ਸਭ ਤੋਂ ਅਣਗੌਲਿਆ ਹਲਕਾ ਹੈ, ਸਭ ਤੋਂ ਇਗਨੋਰਡ ਹਲਕਾ ਹੈ। ਬੇਸਿਕ ਅਮੈਨਿਟੀਜ਼ ਵੀ ਲੋਕਾਂ ਦੇ ਕੋਲ ਹੈ ਨਹੀਂ ਹੈ, ਮੁੱਢਲੀਆਂ ਸਹੂਲਤਾਂ ਜਿਵੇਂ ਸਾਫ਼ ਪੀਣ ਦਾ ਪਾਣੀ, ਪਾਣੀ ਦੀ ਨਿਕਾਸੀ, ਜ਼ਰਾ ਜੀ ਬਾਰਿਸ਼ ਹੁੰਦੀ ਤਾਂ ਲੋਕਾਂ ਦੇ ਘਰ ਪਾਣੀ ਦੇ ਨਾਲ ਭਰ ਜਾਂਦੇ ਹੈ, ਔਰ ਕਈ ਘਰਾਂ ਦੇ ਉੱਤੋਂ ਹਾਈ ਵੋਲਟੇਜ ਇਲੈਕਟ੍ਰਿਸਿਟੀ ਵਾਇਰਸ ਨਿਕਲ ਰਹੀਆਂ ਨੇ। ਪਿਛਲੇ 18 ਸਾਲਾਂ ਤੋਂ ਲੋਕਾਂ ਨੂੰ ਹਰ ਲੀਡਰ ਨੇ ਬੇਵਕੂਫ਼ ਬਣਾਇਆ ਕਿ ਇਹਦਾ ਹੱਲ ਕੱਢਿਆ ਜਾਏਗਾ, ਪਰ ਨਹੀਂ ਹੋਇਆ। ਫੋਕਲ ਪੁਆਇੰਟ ਦੀ ਸਾਰੀ ਐਸੋਸੀਏਸ਼ਨ ਇਸ ਵੇਲੇ ਬਹੁਤ ਗੁੱਸੇ 'ਚ ਹੈ ਕਿ ਫੋਕਲ ਪੁਆਇੰਟ ਦੇ ਹਾਲਾਤ ਖਰਾਬ ਹੈ, ਜਿਹਦੇ ਕਰਕੇ ਸਾਡੀ ਇੰਡਸਟਰੀ ਔਰ ਬਿਜ਼ਨਸ ਨੂੰ ਫਰਕ ਪੈ ਰਿਹਾ ਹੈ। ਵਿਕਾਸ ਜਿਹੜਾ ਉਹ ਵੱਡਾ ਮੁੱਦਾ ਹੈ ਅਤੇ ਇਸ ਹਲਕੇ ਦੇ ਵਿੱਚ, ਪਰ ਵਿਕਾਸ ਦੇ ਨਾਲ ਨਾਲ ਹੋਰ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ, ਕਿਹੜੇ ਏਜੰਡਾਸ ਲੈ ਕੇ ਜਾ ਰਹੇ ਹੋ? ਕਿਉਂਕਿ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਕਿ ਕੇਜਰੀਵਾਲ ਲੋਕਾਂ ਨੂੰ ਧੋਖਾ ਦੇ ਰਹੇ ਨੇ, ਭਾਵਾਂ ਕਿ ਪੋਸਟਰ ਇਹ ਲੱਗੇ ਨੇ ਕਿ ਇਸ ਵਾਰ ਅਸੀਂ ਨਹੀਂ ਖਾਵਾਂਗੇ ਧੋਖਾ, ਜੋ ਕੇਜਰੀਵਾਲ ਸਾਹਿਬ ਦੇ ਪੋਸਟਰ ਲੱਗੇ ਨੇ ਉਹਨਾਂ ਦੇ ਉੱਪਰ ਲਿਖਿਆ ਹੋਇਆ ਹੈ, ਇੱਕ ਵਾਰ ਦਿਓ ਮੌਕਾ, ਇਸ ਵਾਰ ਨਹੀਂ ਖਾਵਾਂਗੇ ਧੋਖਾ। ਪਰ ਕਹਿੰਦੇ ਨੇ ਕੇਜਰੀਵਾਲ ਇੱਥੇ ਪੰਜਾਬੀ ਨੂੰ ਧੋਖਾ ਦੇਣ ਦੇ ਲਈ ਆਏ ਨੇ, ਕਿਉਂਕਿ ਪਹਿਲਾਂ ਜਿੰਨੇ ਵੀ ਲੋਕ ਜਿੱਤੇ ਸੀ ਇਹਨਾਂ ਦੀਆਂ ਸੀਟਾਂ ਤੋਂ, ਇਹਨਾਂ ਦੀ ਪਾਰਟੀ ਤੋਂ, ਉਹ ਇੱਕ ਇੱਕ ਕਰਕੇ ਇਹਨਾਂ ਨੂੰ ਛੱਡ ਕੇ ਜਾ ਰਹੇ ਨੇ। ਇੱਕ ਦੇਖੋ ਕਿਤੇ ਨਾ ਕਿਤੇ ਜਿਹੜਾ ਹੈ ਨਾ ਕਿ ਹੁਣ ਨਹੀਂ ਖਾਵਾਂਗੇ ਧੋਖਾ, ਉਹਦਾ ਮਤਲਬ ਇਹ ਹੈ ਕਿ ਲੋਕਾਂ ਨੇ ਧੋਖਾ ਪਿਛਲੀ ਵਾਰ ਖਾ ਲਿਆ ਔਰ ਲੋਕ ਇਹ ਮੰਨ ਰਹੇ ਹੈ ਕਿ ਕਾਂਗਰਸ ਨੇ ਜਿਹੜਾ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਸੀਗੀ, ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗ ਰਿਹਾ ਵੀ ਲੋਕ ਇਸ ਵੇਲੇ ਠੱਗਿਆ ਮਹਿਸੂਸ ਕਰ ਰਹੇ ਔਰ ਲੋਕਾਂ ਨੂੰ ਲੱਗਦਾ ਕਿ ਸਾਡੇ ਨਾਲ ਇਹਨਾਂ ਪਾਰਟੀਆਂ ਨੇ ਧੋਖਾ ਕੀਤਾ ਹੈ। ਸੋ ਇਹ ਲੋਕਾਂ ਵੱਲੋਂ ਇੱਕ ਸੁਨੇਹਾ ਹੈ ਕਿ ਹੁਣ ਅਸੀਂ ਧੋਖਾ ਨਹੀਂ ਖਾਵਾਂਗੇ, ਇਸ ਵਾਰ ਅਸੀਂ ਭਗਵੰਤ ਮਾਨ ਅਤੇ ਕੇਜਰੀਵਾਲ ਸਾਹਿਬ ਦੀ ਜਿਹੜੀ ਜੋੜੀ ਹੈ ਉਹਦੇ ਉੱਤੇ ਅਸੀਂ ਉਹਨਾਂ ਨੂੰ ਮੌਕਾ ਦੇਣਾ ਹੈਗਾ। ਔਰ ਰਹੀ ਗੱਲ ਤਾਂ ਮੇਰਾ ਖਿਆਲ ਪੋਲੀਟਿਕਸ ਹੋਣੀ, ਮੁੱਦਿਆਂ ਦੀ ਪੋਲੀਟਿਕਸ ਚਾਹੀਦੀ ਹੈ, ਕੰਮ ਦੀ ਰਾਜਨੀਤੀ ਹੋਣੀ ਚਾਹੀਦੀ, ਔਰ ਵਾਹਿਦ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕੰਮ ਦੀ ਰਾਜਨੀਤੀ 'ਚ ਯਕੀਨ ਰੱਖਦੀ ਔਰ ਜਿਹਨੇ ਦਿੱਲੀ ਦੇ ਵਿੱਚ ਇਹ ਕਹਿ ਕੇ ਵੋਟਾਂ ਮੰਗੀਆਂ ਕਿ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਤਾਂ ਤੁਸੀਂ ਸਾਨੂੰ ਵੋਟ ਪਾਇਓ, ਨਹੀਂ ਤਾਂ ਨਾ ਪਾਇਓ। ਸੋ ਅਸੀਂ ਵੀ ਲੋਕਾਂ ਦੇ ਵਿੱਚ ਤੁਹਾਡੇ ਰਾਹੀਂ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਇੱਕ ਮੌਕਾ ਸੇਵਾ ਦਾ ਦਿੱਤਾ ਜਾਏ, ਅਗਲੇ 5 ਸਾਲ ਜੇ ਕੰਮ ਕਰਾਂਗੇ ਤਾਂ ਉਸ ਤੋਂ ਬਾਅਦ ਵੋਟ ਮੰਗਾਂਗੇ, ਨਹੀਂ ਤਾਂ ਲੋਕਾਂ ਦੀ ਮਰਜ਼ੀ ਹੈ, ਸਾਨੂੰ ਵੋਟ ਨਾ। ਸਿੱਧੂ ਵੀ ਇਹ ਗੱਲ ਕਹਿ ਰਹੇ ਨੇ, ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਨੂੰ ਕੁਰਸੀ ਨਹੀਂ ਪਿਆਰੀ, ਮੈਂ ਤਾਂ
मंत्री सीगा उस समय ने कुर्सी की परवाह की हूँ की परवाह करनी है मैनू लोगों की परवाह है मैनू पंजाब की परवाह है पंजाब डुब रहा है पंजाब नू बचाउणा है मैं पंजाब दे विच जिहड़ा पंजाब दा एजेंडा लागू करना है दिल्ली वाला इत्थे मॉडल नहीं चलेगा इत्थे पंजाब वाले मॉडल की गल की जाए। नवजोत सिद्धू साहब का पंजाब मॉडल सिर्फ सोशल मीडिया के उत्ते है। नवजोत सिद्धू साहब नूं तुहाडे राही मैं फिर एक सवाल पूछना चाहुंदी हाँ। मैं हर इंटरव्यू दे विच सवाल पूछदी हाँ कि पिछले 14.5 साल तो तुहानूं लोकां ने चुन के अपना नुमाइंदा बना के भेजा पर तुसीं कोई अपनी एक अचीवमेंट दस दो कोई एक काम दस दो और बहुत चंगा हुंदा जे नवजोत सिंह सिद्धू साहब एक हल्के का मॉडल बना देंदे और उस तो बाद पंजाब मॉडल की गल करदे तो शायद कोई यकीन करदा। जदों अपना हलका सब तो अणगौलिया हलका होए वो बंदा पंजाब मॉडल दीयां गल्लां किवें करदा और किवें वो सोचदा कि लोग उन्हां दे उत्ते यकीन कर लेंगे जदों कि वो हलके दे विच वड़े भी नहीं। और पिछे तुसीं वीडियो देख लिया होएगा जिहदे विच नवजोत सिंह सिद्धू साहब गलियां दे विच गए तो लोगों ने दरवाजे बंद कर ले। सो ये वाहिद उन्हां दी इनसिक्योरिटी है और ये आम आदमी पार्टी की अचीवमेंट है कि असीं ये दो पार्टियां दीयां इन्नियां इन्ने धाकड़ बंदे जिन्हां नूं तुसीं कहिंदे हो जिवें कि बहुत सैलीब्रिटी फेसिस है इस वेले वो भी डोर टू डोर ते उतरे होए है। ये बिल्कुल सही है कि डोर टू डोर उतरे हुए किसी को टाइम नहीं है मीडिया में भी कितना कितना टाइम वेट करनी पैंदी है। पिछले समय दौरान जो इस सीट के उपर चल रहा है कोई कह रहा है कि जीजा साला रहन नहीं देना इस बार नवजोत सिंह सिद्धू वालों कहा जा रहा है वो कहें मजीठिया साहब कहें कि हुण गप्पू नूं इत्थे नहीं रहन देना तुहानूं की लगता है? बहुत खराब है जी मैनूं फिर यही लगता है कि ये सारी लड़ाई दे विच लोग कित्थे ने हलका कित्थे है हलके का विकास कित्थे है। सो इन्हां दोनों लीडरां नूं हलके दी डिवेलपमेंट दे नाल कोई लेना देना नहीं है इन्हां दोनों लीडरां नूं लोकां दे सेंटीमेंट्स लोकां दी इमोशंस दे नाल बिल्कुल कोई लेखा जोखा नहीं है। इन्हां दोनों जणियां नूं सिर्फ और सिर्फ आपसी खुंदक है आपसी लड़ाई है आपसी एक दूजे नूं ललकारे करी जा रहे और वो सारे दे विच किते ना किते जिस तरह की अनपार्लीमेंट्री लैंग्वेज यूज़ कर रहे हैं मेरा ख्याल ये बहुत खराब है क्योंकि एक लीडर जिहड़ा हैगा वो आइडियल होना चाहिए लोगों के लिए और शायद यही किते रीज़न है कि साडे यूथ का भी लीडर्स दे उत्तों बिल्कुल विश्वास उठ रहे हैं। आम आदमी पार्टी दे उपर इस बार आरोप लगा रहे ने विरोधी धिरां लगा रही ने अकाली दल भी कहिंदा आया है नाल नाल कांग्रेस भी कहिंदी आई है कि इस बार आम आदमी पार्टी ने टिकटां वेचियां ने उन्हां लोकां नूं टिकटां दित्तियां ने जिहड़े तनाट ने जिहड़े खर्चा चक सकदे ने तुहानूं भी पैसे देने पए आ। मैं कहन ये लगी सीगी कि मेरी एग्जाम्पल सारी दुनिया दे सामने अज और मैं तुहाडे राही एक मैसेज देना चाहनी हां कि अरविंद जी ने एक अपने कैडर के वॉलंटियर दे नूं इन्नी वड्डी जिम्मेवारी दे के अज इस हल्के दे विच भेजिया है और मैं ये प्रूफ हाँ कि एक वॉलंटियर नूं भी इन्नी वड्डी जिम्मेवारी दे के टिकट दित्ती जा सकती है। सो इह जिहियां जिहड़ियां गल्लां ने क्योंकि साडे विरोधियों के कोल होर कोई गल ही नहीं है करन नूं। मैं फिर रिपीट कर रही बार बार कि कम की गल वो कर नहीं सकते है साढ़े काम का मुकाबला वो कर नहीं सकते हैं नीयत उन्हों की नहीं कम करन दी नीति उन्हों को नहीं है। आम आदमी पार्टी ने कम करके दिखाया कम करन दी नीयत रखती है कम करन दी नीति रखती है। सो इस करके इन्हां दे कोल साढ़े उत्ते गल्लां करन दे लई सिर्फ इदां दीयां गल्लां रह जांदियां जिहदा कोई आधार नहीं है। सो असीं इन्हां नूं सिरे तों इनकारदे हां इहदे विच कोई सच्चाई नहीं है। क्या आसराइयां लगाईयां जा रही सन कि नवजोत सिंह सिद्धू नूं सीएम चेहरा ऐलानिया जा सकता है कांग्रेस के वल्लों पर ऐसा नहीं होया। नवजोत सिंह सिद्धू भी सोचते होणगे कि शायद उन्हां नूं मौका मिलेगा पर कांग्रेस ने फिर सीएम चन्नी दे उपर ही यकीन जताया है चन्नी नूं ही सीएम चेहरा ऐलानिया है। हुण दूजियां धिरां कह रहियां ने कि राहुल गांधी ने सिद्धू दीयां सारियां आसां ते पाणी फेर दित्ता तुहाडा की कहना है नवजोत सिंह सिद्धू नूं सीएम चेहरा नहीं ऐलानिया तुहानूं कोई सीट ते फायदा मिलेगा? मेरा बहुत क्लीयर कहना यह है कि मैं तो अज एक ट्वीट भी किया कि सिद्धू साहब घर नूं लौट आओ क्योंकि चन्नी साहब ने तुहानूं सीएम बनाया नहीं बनन नहीं दिता तो मैं तुहानूं एमएलए नहीं बन देना इतों बहुत क्लीयर है क्योंकि सिद्धू साहब सिर्फ अपनी कुर्सी के पिछे रहे ने सिद्धू साहब नूं किसी दे नाल कोई लेना देना नहीं है। पावर हंगरी ने अनस्टेबल बयान देंदे ने। सो मैं तो फिर रिपीट कर रही हाँ कि चन्नी साहब ने तुहानूं सीएम बनन नहीं दिता है तो एमएलए इत्थों तुहानूं मैं नहीं बनन देना। आम आदमी पार्टी कह रही है एक मौका केजरीवाल नूं जां एक मौका भगवंत मान नूं लगता है हुण पूरे पंजाब दे विच भी मौका मिलेगा? इत्थे तां तुसीं दावा जता दिता कि तुसीं नवजोत सिंह सिद्धू नूं एमएलए नहीं बन देना उन्हां नूं सीएम चेहरा नहीं बनाया कांग्रेस ने तो तुसीं उन्हां नूं एमएलए नहीं बन देना पूरे पंजाब दे विच तस्वीर तुहानूं की नज़र आउंदी है कि आम आदमी पार्टी नूं भगवंत मान की अगवाई के मौका मिलेगा पंजाब 100% मिलेगा
और नाल मैं ये एक गल लिंक करना चाहनी हाँ कि जिहड़ा साडा जदों सीएम चेहरे का ऐलान होना सीगा पंजाब दे लोकां ने अपना किते ना किते फैसला सुनाया जिहड़ा वोटिंग की थी, ते 92% वोट शेयर जिहड़ा उह मान साहब दे हक च सीगा, ते 3.6% जिहड़ा वोट शेयर सीगा उह सिद्धू साहब दे हक च सी। सो बहुत क्लीयर लोकां दा फैसला है कि लोग इस बार भगवंत मान साहब ते अरविंद केजरीवाल साहब की जोड़ी जिहड़ी है उहनूं वेखना चाहुंदे आ पावर दे विच। विकास का मुद्दा तो हैगा ही है, एक औरतों तुसीं औरतां दे लई की लैके जा रहे हो, लोगों के गलबात कर रहे हो, उन्होंने नाल किहड़े किहड़े मसले जिहड़े ने वो हल करोगे, क्योंकि औरतों के सामने बहुत चुनौतियां होंदिया ने। तुसीं अपने जीवन के पहला औरतों के हक के आवाज़ उठाई, उन्होंने लिए बहुत कुछ किया, हुण तुहानूं मौका मिलता है जां उस तों पहला की करन जा रहे हो? इस तरह है कि मैं मानती हाँ कि औरतों के उत्ते साडा अजे बहुत सारा काम होने वाला है, और मेरी अगर विश देखी जाए या मेरा विजन औरतों के लिए तो यह रहेगा कि औरतों पॉलिटिक्स 50% रिप्रजेंटेशन जी मिलनी चाहिए है, पर अजे शायद कितने ना कि औरतों भी वो सानू बहुत ज़्यादा एम्पावर करना पेगा, उन्होंने बहुत ग्रूम करना पेगा जिदे असी यह करा। और उस तो इलावा जिमें तुम कि औरतों चुनौतियाँ ज़्यादा होंदिया, क्योंकि एक औरत समाज बहुत सारे रोल प्ले करने पैदे, पहले एक धी होंगी है, फिर नूँह है किसी की बेटी है, किसी की मदर है, तो अगर कितने ना कि सब तो ज़्यादा अज कोई पिसदा है जो पंजाब के हालात ने तो एक औरत पिसदी है, क्योंकि हसबेंड्स नशिया ते ने। मैं तो साक्षात यह जो बहुत सारे केसिस देखे, क्योंकि सोशल वर्क च रही हाँ, और औखी सौखी होकर अगर बच्चों पढ़ाती है तो नौकरियाँ नहीं मिलती हैं। सो इन सारिया चीज़ों का जदों आम आदमी पार्टी की सरकार बनते जदों असी बेरोज़गारी का पहला मुद्दा अगर उन्होंने हल करते हैं, और दूसरी चीज़ कि मुढ़लियाँ सहूलत जदों औरतों या एज अ जनरल सोसाइटी या साडा जिहड़ा लोअर वर्ग है उन्होंने फ्री मिलदियां ने, अगर तो थोड़ा जिहड़ा रहन सहन का पद्धर हैगा वो किसी आम परिवार का वैसे ही थोड़ा जिन्ना उपर आ जाता है, बच्चों की एजुकेशन फ्री हो जाती, एक औरत को बहुत रिलीफ है, बिजली के बिल अगर नहीं आते तो वो एक औरत को बहुत रिलीफ है, महंगाई अगर घटती है तो वो एक औरत को बहुत रिलीफ है। और उस तो इलावा जी सा तीसरी गरंटी अरविंद जी ने अनाउंस की है जिस 18 साल तो उपर दियाँ लेडीज़ के लिए 1000 रुपया महीने का उन्होंने खाते के आएगा, वो मैं समझदी हाँ एक बहुत चंगी शुरुआत है। गरंटी तो मैं याद आया तुहाड़िया विरोधी धिर यह निशाना कस रही ने आम आदमी पार्टी के उपर कि आम आदमी पार्टी ने गरंटियां तो बहुत देती पंजाबियों हूँ, यह भी गरंटी देन के जोड़े MLA जित जाते हैं ज पहला लोग सभा मैंबर भी जितते वो छड़ के नहीं जाएंगे, वो छड़ के क्यों चले जाते हैं? देखो मेरा फिर यही मानना है हर पॉलिटिकल पार्टी ढापन लगती, इस वेले अगर तुम मैं पुछोगे तो शायद कांग्रेस को कांग्रेस की इनफाइटिंग नहीं हराना है, कि कांग्रेस विच इनफाइटिंग नहीं है, कुर्सियां पिछे केड़ी पार्टी दे विच ये चीज़ नहीं चलती है, बाकी सिर्फ आम आदमी पार्टी दे विच इस तरह का कुछ नहीं है। मैं फिर यही कह रही हूँ कि आम आदमी पार्टी नू ईजी टारगेट है तां लेंदे है क्योंकि इनसिक्योर्ड फील करते अपने आप नू, और बड़ी हैरानी की गल है कि 70-70 साल पुरानिया पार्टी जिहड़ियां ने वो साडे कोलों 8-9 साल पुरानी साडी एक पार्टी है, और उन्हां तों इस वेले इन्नी ज़्यादा इनसिक्योरिटी होए, और इनसिक्योरिटी का रीज़न यही है कि पता है कि असीं दिल्ली दे विच कम करके दिखाया, और अज अगर पंजाब दे विच आम आदमी पार्टी की सरकार बनती है जी कि बन ही रही है तो ये दो पार्टीज कित नहीं लभनगियां, जिमें दिल्ली के अरविंद जी अपने आप को CM फेस एस्टैबलिश कर चुके हैं, और दिल्ली के जो शीला दीक्षित जी ने हराया तो अरविंद जी ने भी इलैक्शन फर्स्ट टाइम लड़िया। सो ये बहुत सारिया चीज़ा ने पॉजिटिव संकेत ने, और जिमें तुम कहा कि लोग इस वेले बहुत भरवा हुंगारा आम आदमी पार्टी को देख रहे और एक बदलाव देखना चाहते, जिथे असी जाने एक ही गल हुंदी है कि हुण असी चेंज देखनी चाहते, इतों तक कि हार्डकोर BJPians हार्डकोर कांग्रेस पीपल वो भी कह रहे कि असी बदलाव देखना चाहते। तो कहें भी झंडिया भावें किसी और लगियां वोट तो हम मैं तो पहले ही दसता थानू कि वह कहें जी झंडे बोर्ड ना देखियो मैडम तुम साडे दिलों च वसद हो, या जिमें बजुर्ग कह दें कि तुम ओबियसली होकर जाके सौ जा, इन्ना प्यार मिल रहा, बहुत ज़्यादा प्यार मिल रहा। आखिरी सवाल करता मैं, वड्डे सियासी चेहरे ने नवजोत सिंह सिद्धू मीडिया के पूरी तरह छाए हुए हैं, दूजे पासे बिक्रम मजीठिया वड्डे चेहरे ने, भावें कि वह नशा तस्करी के मामले के कुछ समा बाहर है, उन्होंने राहत मिली है, तुसीं भी विश्वास जता रहे हो कि तुसीं जित प्राप्त करोगे, विश्वास होना चाहिए, किन्ना कु विश्वास है, किन्नी कु वड्डी जित दर्ज कराओगे? देखो 100% कॉन्फिडेंस है, ओवर कॉन्फिडेंस नहीं है क्योंकि ओवर कॉन्फिडेंस होना चंगी गल नहीं है, पर 100% कॉन्फिडेंस है, और कॉन्फिडेंस का रीज़न है साडे लोकां दा जिहड़ा प्यार मैनूं मिल रहा है। पर वड्डे चेहरे होण करके मेहनत ज़्यादा करनी पै रही है? देखो एक चीज़ मेरी माननी है भी लोग वड्डे या लीडर वड्डा हुंदा अपने कम्मां दे नाल, लीडर वड्डा हुंदा अपने कम्मां दे नाल, सो इन्हां वड्डे वड्डे लीडरां ने तो लोकां दे छोटे छोटे काम भी नहीं किते,
अपने अपने तुसी इन्हां दे घरां दा सराउंडिंग देखो किन्ना विकास उत्थे है किन्ना ब्यूटीफाई किया होया उन्नू ते अपने हल्के दे विच तुहाडे लोकां दे कोल पीण दा पानी भी साफ ना होए सो किते ना किते विश्वास 100% है कि असी इस बार जिहड़े दो राजनीति दे वड्डे हाथी है इन्हां नू ढौणा आ सो ये साडी 100% तैयारी है। तुहाडा बहुत बहुत धन्यवाद तुसी समां कढ़िया दा अनम्यूट दे नाल गलबात कीती तुहाडा बहुत बहुत शुक्रिया। ये सन मैडम जीवनजोत कौर जो कि कह रहे हैं कि इस बार वड्डे हाथियों नूं टाया जाएगा वड्डे चेहरे ने सियासत दे बिक्रम मजीठिया ते दूजे पासे नवजोत सिद्धू भावें कि मीडिया दे विच चर्चावां इन्हां दो चेहरियां दीआं ने पर तीजा चेहरा भी आम आदमी पार्टी तों डॉक्टर जीवनजोत कौर ने जिन्हां ने औरतों के हक दे विच पहलां बहुत सारे काम किए ने। जीवनजोत कौर दे वल्लों भी दावा जताया गया है कि ये वड्डे हाथियों नूं इस बार ढाणगे तो लोग इन्हों के उपर विश्वास जता रहे हैं पूरे पंजाब दे विच आम आदमी पार्टी की सरकार बनेगी। हुण देखना होएगा भविख दे विच जीवनजोत कौर नूं लोग किन्नियां वोटां दिंदे ने किन्नी कु वड्डी जित हासिल करदे ने ते बिक्रमजीत मजीठिया ते नवजोत सिंह सिद्धू की की स्थिति रहिंदी है इस हल्के दे विच। कैमरामैन परमिंदर दे नाल रणदीप सिंह दा अनम्यूट श्री अमृतसर साहब।